ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕਿਸਾਨਾਂ ਨਾਲ ਗੱਲਬਾਤ ਕਰਕੇ ਵਿਸ਼ੇਸ਼ ਹੱਲ ਕੱਢਣ ਤੇ ਧਿਆਨ ਦੇਣਾ ਚਾਹੀਦਾ ਹੈ। ਅੱਗੇ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਖੇਤੀ ਸੰਬੰਧੀ ਪਾਸ ਕੀਤੇ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਪ੍ਰਤੀ ਅਪਣਾਇਆ ਜਾ ਰਿਹਾ ਸਖ਼ਤ ਵਤੀਰਾ ਦੇਸ਼ ਦੀ ਆਰਥਿਕਤਾ ਲਈ ਵੱਡਾ ਨੁਕਸਾਨਦਾਇਕ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਦਾ ਕਿਸਾਨਾਂ ਨਾਲ ਟਕਰਾਉ ਵਾਲਾ ਸਟੈਂਡ ਦੇਸ਼ ਦੇ ਹਿੱਤ 'ਚ ਨਹੀਂ ਹੈ। ਇਸ ਸਮੇਂ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ 'ਚ ਮਾਲ ਗੱਡੀਆਂ ਬੰਦ ਕਰਨਾ ਅਤੇ RDF ਤੇ ਸਵਾਲ ਖੜ੍ਹੇ ਕਰਕੇ ਸੂਬੇ ਦੀ ਕੀਤੀ ਗਈ ਆਰਥਿਕ ਘੇਰਾਬੰਦੀ ਪੰਜਾਬੀਆਂ ਨਾਲ ਮਤਰੇਈਆਂ ਵਾਲਾ ਸਲੂਕ ਹੈ। ਭਾਰਤ ਸਰਕਾਰ ਵੱਲੋਂ ਜਿਹੜਾ ਇੱਕ ਸਖ਼ਤ ਇੱਕ ਅੜੀਅਲ ਇੱਕ ਜਿੱਦੀ ਵਰਤਾਓ ਜਿਹੜਾ ਕੀਤਾ ਜਾ ਰਿਹਾ ਪੰਜਾਬ ਦੇ ਕਿਸਾਨ ਸੰਘਰਸ਼ ਨਾਲ, ਉਹ ਬੜਾ ਦੁਖਦਾਈ ਆ। ਔਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਅੱਜ ਪੰਜਾਬ ਨਾਲ ਬੇਗਾਨਿਆਂ ਵਾਲਾ ਵਰਤਾਓ ਕਰ ਰਹੀ ਹੈ। ਕੇਂਦਰ ਸਰਕਾਰ ਦਾ ਇਹ ਵਰਤਾਓ ਜਿਹੜਾ ਹੈ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਵੀ ਮਾਫ਼ ਨਹੀਂ ਹੈ। ਔਰ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਖੂਨ ਡੋਲਿਆ। ਦੇਸ਼ ਦੀ ਆਜ਼ਾਦੀ ਦੇ ਬਾਅਦ ਦੇਸ਼ ਦੀਆਂ ਸਰਹੱਦਾਂ 'ਤੇ ਰਾਖੀ ਕਰਨ ਵੀ ਸਭ ਤੋਂ ਵੱਧ ਖੂਨ ਡੋਲਿਆ। ਦੇਸ਼ ਦੇ ਵਿਕਾਸ ਅਤੇ ਭੁੱਖਮਰੀ ਦੂਰ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਅੱਜ ਉਸ ਪੰਜਾਬੀ ਭਾਈਚਾਰੇ ਨੂੰ ਅਣਗੌਲਿਆ ਕਰਕੇ, ਅੱਜ ਉਸ ਭਾਈਚਾਰੇ ਨਾਲ ਇੱਕ ਸਖ਼ਤ ਵਰਤਾਓ ਕਰਕੇ, ਇੱਕ ਆਰਥਿਕ ਘੇਰਾਬੰਦੀ ਕਰਕੇ, ਸੰਘੀ ਘੁੱਟ ਕੇ ਪੰਜਾਬੀਆਂ ਨੂੰ ਮਾਰਨ ਦੀ ਜਿਹੜੀ ਸੋਚ ਆ, ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਹੋ ਸਕਦੀ। ਕੇਂਦਰ ਸਰਕਾਰ ਨੂੰ ਗੱਲਬਾਤ ਦਾ ਰਾਹ ਤਿਆਰ ਕਰਕੇ, ਜੇ ਸੰਘਰਸ਼ ਕਰਨ ਵਾਲੇ ਲੋਕ ਰੇਲ ਦੀਆਂ ਪਟੜੀਆਂ ਵਿਹਲੀਆਂ ਕਰ ਰਹੇ ਨੇ, ਤਾਂ ਉਹਨਾਂ ਪਟੜੀਆਂ 'ਤੇ ਕੇਂਦਰ ਸਰਕਾਰ ਨੂੰ ਰੇਲਾਂ ਚਲਾਉਣ ਦੇ ਵਿੱਚ ਕੋਈ ਮੈਂ ਸਮਝਦਾ ਦਿੱਕਤ ਨਹੀਂ ਆਉਣੀ ਚਾਹੀਦੀ। ਇਹ ਸ਼ਰਤਾਂ ਲਾ ਕੇ ਕਦੇ ਮੁਸਾਫਰ ਗੱਡੀਆਂ ਦੀਆਂ, ਕਦੇ ਪਲੇਟਫਾਰਮ ਜਾਂ ਰੇਲਵੇ ਦੇ ਸਾਰੇ ਪ੍ਰਮਿਸਿਸ ਵਿਹਲੇ ਕਰਦੀਆਂ, ਇਹ ਸ਼ਰਤਾਂ ਜਿਹੜੀਆਂ ਬੇਗਾਨਿਆਂ ਨਾਲ ਲਾਈ ਦੀਆਂ ਨੇ, ਇਹ ਸ਼ਰਤਾਂ ਵਿਦੇਸ਼ੀਆਂ ਨਾਲ ਲਾਈ ਦੀਆਂ, ਆਪਣਿਆਂ ਨਾਲ ਸ਼ਰਤਾਂ ਨਹੀਂ ਕਦੇ ਲਾਈ ਦੀਆਂ। ਸੋ ਇਹ ਅਸੀਂ ਕੇਂਦਰ ਸਰਕਾਰ ਨੂੰ ਜ਼ਰੂਰ ਅਪੀਲ ਕਰਾਂਗੇ। ਇਸ ਸਮੇਂ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਸੰਸਦਾਂ ਨਾਲ ਰੇਲ ਮੰਤਰੀ ਦਾ ਵਰਤਾਓ ਲੋਕ ਰਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੇ ਵੀ ਸਵਾਲ ਖੜੇ ਕਰਦਾ ਹੈ, ਨਾਲ ਹੀ ਉਹਨਾਂ ਕੈਪਟਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ। ਦੇਖੋ, ਕੇਂਦਰ ਸਰਕਾਰ ਤਾਂ ਇਹਦੇ ਲਈ ਜ਼ਿੰਮੇਵਾਰ ਹੈ ਹੀ ਹੈ, ਜਿਹੜੀ ਇਸ ਗੱਲ ਨੂੰ ਲਮਕਾ ਰਹੀ ਆ, ਲਾਪਰਵਾਹੀ ਕਰ ਰਹੀ ਆ, ਜਿੱਦ ਫੜ ਰਹੀ ਆ। ਪਰ ਨਾਲ ਨਾਲ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੁਣ ਜਾਗੀ ਆ, ਹੁਣ ਵੀ ਜਾਗੀ ਨਹੀਂ ਪੂਰੀ ਤਰ੍ਹਾਂ, ਹੁਣ ਵੀ ਉਹਨਾਂ ਨੇ ਮੈਂ ਸਮਝਦਾ ਉਹਨਾਂ ਨੇ ਜਤਨਾਂ ਨੇ ਪੰਜਾਬ ਨੂੰ ਦਿਫਾੜ ਕਰਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬੀਆਂ ਦੇ ਏਕਤੇ ਨੂੰ ਬਣਾਉਣ ਦੀ ਥਾਂ, ਪੰਜਾਬੀਆਂ ਦੀ ਇੱਕ ਮੰਚ ਇੱਕ ਆਵਾਜ਼ ਬੁਲੰਦ ਕਰਨ ਦੀ ਥਾਂ ਪਾਟੋ ਧਾੜ ਕਰਤਾ ਪੰਜਾਬ ਨੂੰ, ਜਦੋਂ ਕੇਵਲ ਕਾਂਗਰਸ ਦੇ ਸੰਸਦਾਂ ਨੂੰ ਲੈ ਕੇ ਹੀ ਦਿੱਲੀ ਗਏ। ਔਰ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਦਿੱਲੀ ਭੇਜਣ ਦੀਆਂ ਹਦਾਇਤਾਂ ਕਰਨਾ ਕੇਵਲ ਕਾਂਗਰਸ ਦਾ ਮੁੱਖ ਮੰਤਰੀ ਬਣਨ ਤੱਕ ਹੀ ਸੀਮਿਤ ਕਰ ਲਿਆ ਕੈਪਟਨ ਸਾਹਿਬ ਨੇ। ਪੰਜਾਬ ਦਾ ਕੈਪਟਨ ਸਾਹਿਬ ਆਪ ਹੀ ਮੁੱਖ ਮੰਤਰੀ ਬਣਨ ਤੋਂ ਮਨਾਹੀ ਕਰ ਗਏ। ਸੋ ਸਾਨੂੰ ਇਸ ਗੱਲ ਦਾ ਦੁੱਖ ਵੀ ਆ, ਪੀੜਾ ਵੀ ਆ ਕਿ ਪੰਜਾਬੀਆਂ ਦੇ ਏਕੇ ਨੂੰ ਢਾਹ ਲੱਗੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਿਛਲੇ ਕੁਛ ਦਿਨਾਂ ਦੇ ਯਤਨਾਂ ਨੇ। ਔਰ ਅੱਜ ਲੋੜ ਆ ਪੰਜਾਬੀਆਂ ਨੂੰ ਇੱਕ ਮੰਚ 'ਤੇ ਇੱਕ ਆਵਾਜ਼ ਤਿਆਰ ਕਰਨ ਦੀ, ਤਾਂ ਕਿ ਕੇਂਦਰ ਜਿਹੜਾ ਆਪਣਾ ਹਠੀ ਰਵੱਈਆ ਹੈ, ਸਖ਼ਤ ਰਵੱਈਆ, ਉਹ ਤਿਆਗ ਕੇ ਗੱਲਬਾਤ ਦੇ ਰਾਹ 'ਤੇ ਆਵੇ। ਪੰਜਾਬੀਆਂ ਦਾ ਏਕਾ ਹੀ ਕੇਂਦਰ ਨੂੰ ਸਿੱਧੇ ਰਾਹ 'ਤੇ ਲਿਜਾ ਸਕਦਾ। ਔਰ ਸਾਡੀ ਇਹ ਬਦਕਿਸਮਤੀ ਰਹੀ ਆ ਕਿ ਪੰਜਾਬ ਦਾ ਪਾਣੀ ਨਾ ਖੁੱਸਦਾ, ਪੰਜਾਬ ਦੀ ਰਾਜਧਾਨੀ ਨਾ ਖੁੱਸਦੀ, ਪੰਜਾਬੀ ਬੋਲਦੇ ਇਲਾਕੇ ਨਾ ਖੁੱਸਦੇ, ਜੇ ਪੰਜਾਬ ਇੱਕ ਆਵਾਜ਼ ਰਹਿਣਾ। ਕਿਸਾਨਾਂ ਦੇ ਸੰਘਰਸ਼ ਬਾਰੇ ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨੀ ਦੇ ਹੱਕ ਵਿੱਚ ਖੜਿਆ ਤੇ ਖੜਿਆ ਰਹੇਗਾ। ਦਿੱਲੀ ਵਿਖੇ ਕਿਸਾਨਾਂ ਦੇ ਹੋਣ ਵਾਲੇ ਇਕੱਠ 'ਚ ਵੀ ਉਹਨਾਂ ਪਾਰਟੀ ਵਰਕਰਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨ ਸੰਘਰਸ਼ ਦੀ ਸਪੋਰਟ ਕੀਤੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਕਾਲੀ ਦਲ ਸੰਘਰਸ਼ ਦੀ ਸਪੋਰਟ ਕਰੇਗਾ ਕਿਸਾਨਾਂ ਦੀ। 26-27 ਦਾ ਜਿਹੜਾ ਦਿੱਲੀ ਦਾ ਕੂਚ ਆ, ਅਕਾਲੀ ਦਲ ਦੇ ਵਰਕਰ ਵੀ ਸ਼ਾਮਲ ਹੋਣਗੇ, ਪਰਿਵਾਰਾਂ ਨੂੰ ਲੈ ਕੇ ਜਾਏਗਾ ਜੇ ਸਾਰੇ ਵਰਕਰਾਂ ਨੂੰ ਇਹ ਅਪੀਲ ਆ ਵੀ ਵੱਧ ਤੋਂ ਵੱਧ ਇਹ ਸ਼ਮੂਲੀਅਤ ਕਰਨ। ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸ਼ਾਂਤਮਈ ਪ੍ਰਦਰਸ਼ਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਧਰਨਾ ਪ੍ਰਦਰਸ਼ਨ ਦਾ ਕੇਂਦਰ ਸਰਕਾਰ ਕਦੋਂ ਤੱਕ ਸਾਹਮਣਾ ਕਰ ਪਾਉਂਦੀ ਹੈ। ਕਮਲ ਦੂਆ ਦੀ ਪਟਿਆਲਾ ਤੋਂ ਖਾਸ ਰਿਪੋਰਟ। ਰਮਨ ਕੈਂਸਰ ਸੋਸਾਇਟੀ ਹੁਣ ਆ ਰਹੇ ਨੇ ਤੁਹਾਡੇ ਆਪਣੇ ਚੈਨਲ ਪੰਜਾਬੀ ਤੇ। ਉਹ ਕਿਹੜੀ ਬਿਮਾਰੀ ਜਿਹਦਾ ਇਲਾਜ ਨਹੀਂ? 25 ਸਾਲਾਂ ਤੋਂ ਕੈਂਸਰ ਦੇ 90% ਮਰੀਜ਼ਾਂ ਨੂੰ ਕੀਤਾ ਤੰਦਰੁਸਤ। ਰਾਜਪਾਲ ਵੱਲੋਂ ਸਨਮਾਨਿਤ ਡਾਕਟਰ ਹਰਪਿੰਦਰ ਸਿੱਧੂ ਕੋਲ ਹੈ ਹਰ ਬਿਮਾਰੀ ਦਾ ਹੱਲ। ਬਿਮਾਰੀ ਤੋਂ ਬਚਣ ਦਾ ਇੱਕੋ ਇੱਕ ਨਾਮ, ਰਮਨ ਕੈਂਸਰ ਸੋਸਾਇਟੀ।
ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।